की बन चुकी है। जे मैं कांग्रेस नूं वोटां पाईआं ते मैं अकाली नूं माड़ा कहना, जे मैं अकाली नूं पाईआं ते कांग्रेस नूं माड़ा कहना। बनदा नहीं हक, हक इह बनदा जिन्हों जिताया जिन्हों वोटां पाईआं उन्हों पुछिए दस साडे वास्ते कीता की ओ, असीं तैनूं वोटां पाते साडी किसानी वास्ते की कीता, साडी जवानी वास्ते की कीता। कोई नौकरी उल्टा हर वर्ग आउंदा कोई साडे ते। अज मोदी की पहली बार सरकार आई आ, उदों इहने कहता कि स्वामीनाथन की रिपोर्ट इन बिन लागू करूंगा, अज तक नहीं होई। एक बार इन्हें 200 रुपया वधाता जथेबंदियां दे जोर दे नाल देण दे नाल, ते जिहड़े साडे वर्गे वकारू आगू सी ना उन्होंने रौला पाता जी इहदी MSP लागू हो गई, MSP लागू हो गई। ते मेरा ख्याल है बहुते नूं पता ही नहीं कि MSP है की चीज आ। MSP विच जो साडा लागत मुल आ उहदे हिसाब नाल डॉक्टर स्वामीनाथन कमिशन ने वो साडे रेट अनाउंस कीते सी। अज की डेट साडा झोना विकना चाहिदा सीगा 3300 दे लागे साके, ते कणक विकनी चाहिदी 4000 दे लागे साके, ते गन्ने दा रेट लागत मुल नहीं सानू मिल रहा। गन्ने ते लागत मुल जिहड़ा उन्होंने 365 रुपए कढ़िया सीगा, ते जिहड़ा सानू अज मुल मिलना चाहिदा सी 780 रुपए दे लागे साके, ते सानू मिल रहा 300 रुपया। कारण की असीं इकट्ठे नहीं, सब तो वड्डी मार खाधी आ वख वख इन्हां जिहड़ियां पार्टियां सियासी पार्टियां इन्हां दे मगर लग के। भरावो इन्हां ने कख नहीं जे देना, जिहड़ी ताकत आ ताडी ओह इकजुटता विच आ। ते इह काम करो कि इन्हां पार्टियां नूं भुल के अपने हक लैण वास्ते इकट्ठे हो जाओ तां बचांगे, नहीं ते इन्हां ने नहीं जे छड्डणा। साडे बच्चिआं नूं बाहर जाण दी लोड़ कोई नहीं जे स्वामीनाथन कोर्ट लागू कर देण दे। असीं ते मंगदे सां स्वामीनाथन कोर्ट उहदे हिसाब नाल साडे फसलां दे भाअ लगण। इन्हां ने सोचा कि इह मंगदे आ ते असीं मानियां डानियां दे आखे लग के सब कुछ इन्हां दा खोण दा कर लईए। किड्डी कोझी चाल आ, पहले नंबर ते मंडीकरण तोड़न ते दूजे नंबर ते MSP तोड़न ते हौली हौली जिहड़ा इन्हां दा नुकसाना सीगा ਉਹ ਸਾਡੀਆਂ ਜ਼ਮੀਨਾਂ ਖੋਣ ਪੱਕਦਾ ਸੀਗਾ। ਤੇ ਇਹਨਾਂ ਦੇ ਮਨ 'ਚ ਵੀ ਇਕੱਠੇ ਨਹੀਂ ਆਉਣਾ ਲੋਕਾਂ ਨੇ। ਇਹ ਸਾਨੂੰ ਰੂਪ ਕੀ ਦਿੰਦੇ ਰਹੇ ਆ, ਇਹ ਜੀ ਅਕਾਲੀ ਕਰ ਰਹੇ ਨੇ ਪ੍ਰੋਟੈਸਟ, ਇਹ ਕਰ ਲੈ ਰਹੇ ਕਾਂਗਰਸੀ। ਪਰ ਅੱਜ ਇਹਨਾਂ ਨੂੰ ਪਤਾ ਕਰਨ ਲੱਗ ਗਿਆ ਨਾ ਕੋਈ ਅਕਾਲੀ ਨਾ ਕਾਂਗਰਸੀ, ਨਾ ਕੋਈ ਹਿੰਦੂ ਨਾ ਸਿੱਖ ਨਾ ਮੁਸਲਮਾਨ, ਇਹ ਕਿਹੜੇ ਨੇ? ਕਿਸਾਨ ਤੇ ਮਜ਼ਦੂਰ। ਅੱਜ ਇਹਨਾਂ ਦੀਆਂ ਅੱਖਾਂ ਖੁੱਲ ਗਈਆਂ ਨੇ। ਪਰਸੋਂ ਦੀ ਮੀਟਿੰਗ ਵਿੱਚ ਤਰਲੇ ਮਾਰਦੇ ਸੀਗਾ ਜਦੋਂ ਸਾਡੇ ਜਿਹੜੇ ਨੁਮਾਇੰਦੇ ਗਏ ਸੀਗੇ, ਇਹ ਉੱਠ ਕੇ ਤੁਰ ਪਏ ਕੋਈ ਗੱਲ ਕਰਨ ਤੋਂ ਬਗੈਰ, ਤੇ ਤਰਲੇ ਮਾਰ ਮਾਰ ਕੇ ਮੋੜ ਕੇ ਖੜਿਆ ਵੀ ਨਹੀਂ ਇਹ ਕਰ ਸਾਡਾ ਗੱਲ ਕਰੋ ਬਹਿਸ ਕਰੋ। ਫਿਰ ਜਿਹੜੇ ਸਾਡੇ ਨੁਮਾਇੰਦਿਆਂ ਨੇ ਗੱਲ ਰੱਖੀ ਆ ਉਹਨਾਂ ਦਾ ਜਵਾਬ ਨਹੀਂ ਆਇਆ ਇਹਨਾਂ ਨੂੰ ਕੋਈ। ਵੇਖੋ ਇੱਕ ਪਾਸੇ ਜਿਹਨੂੰ ਇਹ ਅਨਪੜ੍ਹ ਜੱਟ ਕਹਿੰਦੇ ਨੇ, ਅਨਪੜ੍ਹ ਕਿਸਾਨ ਕਹਿੰਦੇ ਨੇ, ਉਹਨੇ ਇਹਨਾਂ ਦੀਆਂ ਨਾਸਾਂ ਬੰਦ ਕਰਤੀਆਂ। ਕਿੱਡੇ ਕਿੱਡੇ ਇਹਨਾਂ ਨੇ ਜਿਹੜੇ ਇਹਨਾਂ ਕੋਲ ਥਿੰਕ ਟੈਂਕ ਨੇ ਜਿਹੜੇ ਰੱਖੇ ਇਸੇ ਕੰਮ ਨੂੰ ਨੇ, ਬੜੇ ਬੜੇ ਉੱਚ ਕੋਟੀ ਦੇ ਅਫਸਰ, ਉਹਨਾਂ ਦੀ ਬੋਲਤੀ ਬੰਦ ਹੋ ਗਈ ਕਿ ਉਹਨੂੰ ਇੱਕ ਗੱਲ ਦਾ ਜਵਾਬ ਨਹੀਂ ਆਇਆ। ਭਰਾਵੋ ਸ੍ਰੀ ਅਕਾਲ, ਮੈਂ ਸਦਾ ਇੱਕ ਗੱਲ ਕਰਦਾ ਰਿਹਾ ਕਿ ਜਿਹੜਾ ਸਾਡਾ ਚੋਟੀ ਦਾ ਪੜਿਆ ਲਿਖਿਆ ਆ ਉਹਨੂੰ ਲਿਆਓ। ਸਾਡਾ ਇੱਕ ਪਾਸੇ ਬਿਲਕੁਲ ਜਿਹਨੂੰ ਤੁਸੀਂ ਕਹਿੰਦੇ ਜਿਹਨੂੰ ਹੁੰਦਾ ਕੁਝ ਨਹੀਂ, ਅਸੀਂ ਉਹ ਬੰਦਾ ਬਿਠਾ ਦਾਂਗੇ ਜੇ ਤੁਹਾਡੇ ਕਾਨੂੰਨਾਂ ਨੂੰ ਕਹਿ ਦੇ ਇਹ ਚੰਗੇ ਆ ਤੇ ਅਸੀਂ ਵੈਸੇ ਮੰਨ ਲਾਂਗੇ। ਇਹ ਕਿਹੜੀਆਂ ਗੱਲਾਂ ਕਰਦੇ ਨੇ? ਇਹ ਤਾਂ ਸਾਡੇ ਬੱਚੇ ਨੂੰ ਪਤਾ ਲੱਗ ਗਿਆ ਕਿ ਸਾਡੀ ਜ਼ਮੀਨਾਂ ਖੋਣ ਤੱਕ ਜਾ ਰਹੇ ਨੇ, ਸਾਡੀ ਹੋਂਦ ਖਤਮ ਕਰ ਰਹੇ ਨੇ। ਭਰਾਵੋ ਹਰ ਮਸਲੇ 'ਚ ਹਰ ਆਜ਼ਾਦੀ ਵੇਲੇ ਵੀ ਪੰਜਾਬੀ ਮੋਹਰੇ ਰਹੇ ਨੇ, ਪਰ ਦੇਸ਼ ਨੇ ਮੁੜ ਕੇ ਮੰਨ ਲਿਆ। ਅੱਜ ਵੀ ਉਹ ਕੰਮ ਹੋਇਆ, ਪੰਜਾਬ ਨੇ ਮੋਹਰ ਖਿੱਚੀ ਆ ਤੇ ਪੂਰਾ ਦੇਸ਼ ਇਕੱਠਾ ਹੋ ਗਿਆ। ਭਰਾਵੋ ਜੇ ਇਕੱਠੇ ਰਹਾਂਗੇ ਤੇ ਇਹਨਾਂ ਦੀ ਜੁਰਤ ਨਹੀਂ ਸਾਡੇ ਵੱਲ ਵੇਖ ਜਾਣ ਦੀ। ਭਰਾਵੋ ਇਕਜੁੱਟਤਾ ਰੱਖਿਓ। ਆ ਜਿਹੜੇ ਸਰਕਾਰਾਂ ਸਾਂਝੀਆਂ ਹਰਕਤਾਂ ਚੱਲ ਰਹੀਆਂ ਨੇ ਕੋਈ ਮਾੜੇ ਅੰਸਰ ਮਾਰ ਕੇ ਇਹਨਾਂ ਤੋਂ ਬਚਣਾ, ਫਿਰ ਉਹਨਾਂ ਬੜਾ ਕੁਝ ਕਰਨਾ ਜੇ ਕਿ ਤੁਹਾਡੇ ਲੀਡਰ ਆ ਕੁਝ ਕਰਕੇ ਕਿਸੇ ਗੱਲ ਤੇ ਯਕੀਨ ਨਾ ਕਰੋ। ਲੀਡਰ ਬੜੇ ਸੁਲਝੇ ਹੋਏ ਜੇ ਜਿਹੜੇ ਨੁਮਾਇੰਦੇ ਭੇਜਦੇ ਆ, ਬਹੁਤ ਸੁਲਝੇ ਹੋਏ ਨੇ ਹਰ ਪੱਖ।
ਸਾਡਾ ਸਾਹਮਣੇ ਰੱਖ ਕੇ ਗੱਲ ਕਰਨਗੇ। ਇਹਨਾਂ ਤੇ ਵਿਸ਼ਵਾਸ ਰੱਖਿਓ, ਤੁਹਾਡੇ ਫਾਇਦੇ ਦੀ ਗੱਲ ਕਰਨਗੇ, ਕੋਈ ਨੁਕਸਾਨ ਨਹੀਂ ਕਰਨਗੇ। ਹਰ ਪੱਖ ਤੋਂ ਇਹਨਾਂ ਨੇ ਸਾਨੂੰ ਬਚਾਉਣਾ। ਵੇਖੋ ਜੋਸ਼ ਬੜਾ ਯੂਥ ਵਿੱਚ, ਯੂਥ ਨੇ ਜ਼ਿੰਮੇਵਾਰੀ ਨਿਭਾਤੀ ਆ। ਪੰਜਾਬ ਤੋਂ ਚਲਾ ਕੇ ਬਾਕੀ ਸਟੇਟਾਂ ਤੋਂ ਚਲਾ ਕੇ ਦਿੱਲੀ ਦੇ ਸਿਰ ਤੇ ਬਿਠਾਉਣ ਦੀ ਅੱਜ ਬਹਿ ਗਏ ਆ ਕੇ। ਹੁਣ ਹੋਸ਼ ਦੀ ਗੱਲ ਲੋੜ ਆ, ਹੋ ਸਾਡੇ ਨੁਮਾਇੰਦੇ ਨਿਭਾਉਣਗੇ। ਯੂਥ ਅਜੇ ਫਿਲਹਾਲ ਸ਼ਾਂਤ ਰਵੇ, ਬਿਲਕੁਲ ਕਿਸੇ ਗੱਲ 'ਚ ਨਾ ਕਿਸੇ ਉਕਸਾਉਣ ਤੇ ਕਿਸੇ ਗੱਲ 'ਚ ਨਾ ਆਵੇ। ਜਦੋਂ ਮੋੜ ਪਊਗੀ ਫਿਰ ਅੱਗੇ ਲੰਘਣ ਦੀ ਕਿਤੇ ਜਾਣ ਦੀ, ਉਦੋਂ ਯੂਥ ਨੂੰ ਖੁੱਲ੍ਹੀ ਛੁੱਟੀ ਦੇਵਾਂਗੇ, ਫਿਰ ਯੂਥ ਆਪਣਾ ਕੰਮ ਕਰੂਗਾ। ਇਸ ਵੇਲੇ ਜਿਹੜੇ ਸਾਡੇ ਸਮਝਦਾਰ ਨੁਮਾਇੰਦੇ ਨੇ ਉਹਨਾਂ ਦੀ ਕਮਾਂਡ ਥੱਲੇ ਚੱਲੀਏ। ਸੋ ਧੰਨਵਾਦ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੋ।